ਡਾਕਟਰ ਗੰਧੀ ਸਾਹਿਬ, ਇਨਸਾਫ਼ ਮਾਰਚ ਜਿਹੜਾ ਹੈਗਾ ਚੱਲ ਰਿਹਾ ਹੈਗਾ ਸੀ, ਜੋ ਜਾਣਕਾਰੀ ਮਿਲ ਰਹੀ ਹੈ ਕਿ ਇਨਸਾਫ਼ ਮਾਰਚ ਨੂੰ ਜਿਹੜਾ ਹੈਗਾ ਉਹ ਰਿਸਪੋਂਸ ਜਿਹੜਾ ਉਹ ਮਾਲਵੇ ਦੇ ਵਿੱਚ ਹੁਣ ਪਹਿਲੇ ਨਾਲੋਂ ਘੱਟ ਵੇਖਣ ਨੂੰ ਮਿਲ ਰਿਹਾ। ਤੁਸੀਂ ਵੀ ਪਹਿਲੇ ਦਿਨ ਉੱਥੇ ਦੇਖੇ ਸੀ, ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਇਨਸਾਫ਼ ਮਾਰਚ 'ਚ ਨਹੀਂ ਗਏ, ਕੀ ਆਪਸ ਦੇ ਵਿੱਚ ਦੂਰੀਆਂ ਵੱਧ ਗਈਆਂ ਹੈਗੀਆਂ ਜਾਂ ਲੋਕ ਜਿਹੜੇ ਹੈਗੇ ਇਨਸਾਫ਼ ਮਾਰਚ ਵੱਲ ਜਿਹੜਾ ਹੈਗਾ ਜਾ ਨਹੀਂ ਗਏ? ਨਹੀਂ ਜੀ, ਉਹਦੇ ਕਈ ਕਾਰਨ ਹੈਗੇ। ਮੇਰਾ ਤਾਂ ਮੇਰੀ ਆਪਣੀ ਸਿਹਤ ਦੀ ਪ੍ਰੋਬਲਮ ਹੈਗੀ, ਅੱਖ ਦੀ ਪ੍ਰੋਬਲਮ ਹੈ ਔਰ ਹਾਰਟ ਦੀ ਪ੍ਰੋਬਲਮ ਹੈ, ਮੈਂ ਲੰਬਾ ਸਮਾਂ ਚੱਲ ਨਹੀਂ ਸਕਦਾ ਹੈਗਾ। ਦੂਜਾ ਪਾਰਲੀਮੈਂਟ ਸੈਸ਼ਨ ਸੀਗਾ, ਮੇਰੇ ਬੜੇ ਮਹੱਤਵਪੂਰਨ ਸਵਾਲ ਲੱਗੇ ਹੋਏ ਸੀਗੇ ਜਿਹੜੇ ਕਿ ਮੇਰੇ ਕਿੰਨੇ ਚਿਰ ਤੋਂ ਪੈਂਡਿੰਗ ਸੀਗੇ। ਮੇਰੇ ਬਿੱਲ ਲੱਗੇ ਹੋਏ ਆ ਉੱਥੇ, ਦੋ ਬਿੱਲ ਲੱਗੇ ਹੋਏ ਆ, ਅਤੇ ਮੈਂ ਉੱਥੇ ਦਿੱਲੀ ਜਾਣਾ ਸੀਗਾ ਜੀ, ਮੈਂ ਇਸ ਕਰਕੇ ਵੀ ਗਿਆ ਹੈਗਾ। ਦੂਜੀ ਗੱਲ ਹੈ ਕਿ ਜਦੋਂ ਮਾਰਚ ਸ਼ੁਰੂ ਹੁੰਦਾ ਹੈਗਾ, ਲਾਜ਼ਮੀ ਤੌਰ 'ਤੇ ਹਰ ਥਾਂ ਇਹ ਹਰ ਮਾਰਚ ਵਾਪਰਦਾ ਹੈਗਾ ਕਿ ਹੌਲੀ 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 ਜਿਹੜੀ ਤਾਦਾਦ ਘੱਟਦੀ ਹੈਗੀ, ਕੋਈ ਇਹ ਕੋਈ ਨਵੇਕੜੀ ਘਟਨਾ ਨਹੀਂ, ਕੁਦਰਤੀ ਵਰਤਾਰਾ ਹੈਗਾ ਹੈ। ਤੀਜੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਉਹਨਾਂ ਦਿਨਾਂ 'ਚ ਐਲਾਨ ਹੋਣ ਕਰਕੇ ਜਿਹੜੀਆਂ ਗਤੀਵਿਧੀਆਂ ਲੋਕਾਂ ਦੀਆਂ ਹੈਗੀਆਂ, ਉਹ ਪੰਚਾਇਤੀ ਚੋਣਾਂ ਦੇ ਗੱਠਜੋੜਾਂ ਵਿੱਚ ਆਪਣੇ ਵੋਟਰਾਂ ਨੂੰ ਪਹੁੰਚ ਕਰਨ 'ਚ ਉੱਧਰ ਲੋਕਾਂ ਦੀ ਵੱਧ ਹੋਇਆ। ਤੀਜਾ, ਬਾਰਿਸ਼ ਨੇ ਵੀ ਇੱਕ ਰੋਲ ਪਲੇ ਕੀਤਾ, ਕੁਛ ਹਲਕਿਆਂ 'ਚ ਬਾਰਿਸ਼ ਹੋਈ ਹੈ, ਭਾਰੀ ਬਾਰਿਸ਼ ਹੋਈ ਹੈ, ਜਿਸ ਕਰਕੇ ਮਾਰਚ ਥੰਮਿਆ ਵੀ ਹੈਗਾ ਔਰ ਇਕੱਠ ਵੀ ਕੁਛ ਥਾਵਾਂ 'ਤੇ ਘੱਟ ਹੋਇਆ। ਪਰ ਇਸਦਾ ਮਤਲਬ ਇਹ ਨਹੀਂ ਕਿ ਲੋਕਾਂ ਦੀ ਦਿਲਚਸਪੀ ਹੈ ਨਹੀਂ, ਲੋਕ ਬੜੀ ਦਿਲਚਸਪੀ ਨਾਲ ਇਸ ਮਾਰਚ ਨੂੰ ਦੇਖ ਰਹੇ ਹੈਗੇ ਆ। ਔਰ ਖਾਸ ਤੌਰ 'ਤੇ ਜੋ ਸਿਆਸਤ ਦਾ ਧਰੁਵੀਕਰਨ, 70 ਸਾਲ 'ਚ ਪਹਿਲੀ ਵਾਰ ਸਿਆਸਤ ਦਾ ਪੰਜਾਬ 'ਚ ਧਰੁਵੀਕਰਨ ਹੋ ਰਿਹਾ, ਇੱਕ ਪਾਸੇ ਕੇਂਦਰੀਵਾਦੀ ਸਿਆਸਤ ਸੈਂਟਰ ਦੀ, ਜਿਸਨੇ ਪੰਜਾਬ ਦਾ ਲੁੱਟਣ ਪੁੱਟਣ ਕੱਟਣ ਚੱਟਣ ਚੁਣਨ 'ਚ ਕੋਈ ਕਸਰ ਨਹੀਂ ਬਾਕੀ ਛੱਡੀ, ਔਰ ਦੂਜੇ ਪਾਸੇ ਪੰਜਾਬ ਦੀਆਂ ਉਹਨਾਂ ਦੀ ਰਾਜ ਕਰਦਾ ਪਾਰਟੀਆਂ 13, ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ, ਇਹਨਾਂ ਨੇ ਜੋ ਪੰਜਾਬ ਦਾ ਹਸ਼ਰ ਕੀਤਾ, ਪੰਜਾਬ ਨੂੰ ਹਰ ਸ਼ੋਬੇ ਵਿੱਚ, ਚਾਹੇ ਉਹ ਵਿੱਦਿਆ, ਚਾਹੇ ਸਿਹਤ ਹੈ, ਚਾਹੇ ਵਾਤਾਵਰਣ ਹੈ, ਚਾਹੇ ਉਹ ਨਸ਼ੇ ਹੈਗੇ ਆ, ਚਾਹੇ ਉਹ ਕਿਸਾਨੀ ਹੈ, ਚਾਹੇ ਬੇਰੁਜ਼ਗਾਰੀ ਹੈ, ਜਿਸ ਖੂਬ ਸੁੱਟ ਦਿੱਤਾ ਹੈਗਾ, ਉਸ ਤੋਂ ਬਾਹਰ ਨਿਕਲਣ ਵਿੱਚ ਪਹਿਲੀ ਵਾਰ ਪੰਜਾਬ 'ਚ ਇੱਕ ਧਰੁਵੀਕਰਨ ਹੋਇਆ ਹੈਗਾ। 16 ਤਰੀਕ ਜਿਹੜਾ ਧਰੁਵੀਕਰਨ ਹੋਇਆ ਹੈਗਾ, ਜਿਹੜਾ ਕਿ ਪੰਜਾਬ ਵਾਸਤੇ ਖੁਸ਼ਖਬਰੀ ਵਾਲੀ ਗੱਲ ਹੈ, ਇੱਕ ਸ਼ੁਭ ਲੱਛਣ ਹੈਗਾ, ਉਹ ਹੈ ਕਿ ਪੰਜਾਬ ਪੱਖੀ 3 ਤਰ੍ਹਾਂ, ਟੀਮ ਇਨਸਾਫ਼, ਇਨਸਾਫ਼ ਪਾਰਟੀ, ਟੀਮ ਖਹਿਰਾ ਔਰ ਟੀਮ ਪੰਜਾਬ ਮੰਚ, ਇਹਨਾਂ ਤਿੰਨਾਂ ਨੇ ਇਕੱਠੇ ਹੋ ਕੇ ਪੰਜਾਬੀਅਤ ਦਾ, ਪੰਜਾਬੀ ਕੌਮ ਦੇ ਏਕੇ ਦਾ, ਪੰਜਾਬ ਦੇ ਹੱਕਾਂ ਦਾ, ਅਧਿਕਾਰਾਂ ਦਾ ਜਿਹੜਾ ਝੰਡਾ ਬੁਲੰਦ ਕੀਤਾ ਔਰ ਪੰਜਾਬ ਪੱਖੀ ਸਿਆਸਤ ਕਰਨ ਦਾ ਜੋ ਇੱਕ ਪ੍ਰਣ ਲਿਆ ਹੈਗਾ ਹੈ, ਔਰ ਜਿਸਦੇ ਅਧੀਨ ਇਹ ਮਾਰਚ ਹੋ ਰਿਹਾ ਹੈਗਾ ਹੈ, ਜਿਹ 'ਚ ਅਸੀਂ ਅੱਜ ਵੀ ਮੈਂ ਜਾ ਰਿਹਾ, ਕੱਲ੍ਹ ਨੂੰ ਵੀ ਜਾਊਂਗਾ, ਪਰਸੋਂ ਵੀ, ਅੱਜ 3 ਦਿਨ ਮੈਂ ਸ਼ਾਮਿਲ ਹੋਊਂਗਾ ਜਿਹਦੇ 'ਚ, ਅਤੇ ਉਹ ਜਿਹੜਾ ਇੱਕ ਸ਼ੁਭ ਲੱਛਣ ਹੈਗਾ ਹੈ, ਕਿਉਂਕਿ ਪੰਜਾਬ ਦੀ ਜੋ ਸੰਤਾਪ ਹੈਗਾ ਹੈ, ਇਸ ਦਾ ਕਾਰਨ ਹੈਗਾ ਕਿ ਕੇਂਦਰ ਦਾ ਪੰਜਾਬ ਦੇ ਖਿਲਾਫ 70 ਸਾਲ ਤੋਂ ਜੋ ਕੇਂਦਰੀਵਾਦੀ ਸਿਆਸਤ ਹੈਗੀ ਹੈ, ਉਹਦੇ ਵੱਲੋਂ ਪੰਜਾਬ ਦੇ ਸਾਧਨਾ ਸਰੋਤਾਂ ਦੀ ਲੁੱਟ, ਪਾਣੀਆਂ ਦੀ ਲੁੱਟ, ਪਣ ਬਿਜਲੀ ਪ੍ਰੋਜੈਕਟਾਂ ਦੀ ਲੁੱਟ, ਪੰਜਾਬ ਦੀ ਰਾਜਧਾਨੀ ਦਾ ਖੋਣਾ, ਪੰਜਾਬੀ ਭਾਸ਼ਾ ਦੀ ਜੋ ਮਤਲਬ ਉੱਤੇ ਹਮਲਾ, ਅਤੇ ਸਾਰੇ ਕੁਛ ਨੇ ਪੰਜਾਬ ਨੂੰ ਇੱਕ ਇਹੋ ਜਿਹੇ ਰਾਜ ਵਿੱਚ ਬਦਲ ਦਿੱਤਾ ਹੈਗਾ ਜਿਹਦੇ ਕੋਲ ਆਪਣੀ ਮੁਕਤੀ ਵਾਸਤੇ ਇੱਕੋ ਰਸਤਾ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਪੰਜਾਬ ਨੂੰ ਜਮਹੂਰੀਅਤ ਚਾਹੀਦੀ ਹੈ, ਪੰਜਾਬ ਨੂੰ ਸਹੀ ਮਾਨੇ 'ਚ ਭਾਰਤੀ ਗਣਰਾਜ ਸੰਘੀ ਢਾਂਚੇ ਅਨੁਸਾਰ ਚੱਲਣਾ ਚਾਹੀਦਾ ਹੈਗਾ, ਜਿਸ ਰਾਜਾਂ ਦੇ ਅਧਿਕਾਰਾਂ 'ਤੇ ਕੁਛ ਆਪਾਂ ਨਹੀਂ ਪੈਣਾ ਚਾਹੀਦਾ, ਵਿੱਦਿਆ ਹੋਈ, ਸਿਹਤ ਹੋਈ, ਖੇਤੀਬਾੜੀ ਸੈਕਟਰ ਹੋਇਆ, ਸਾਰੇ ਕਿਸੇ ਵੇਲੇ ਰਾਜ ਦਾ ਵਿਸ਼ਾ ਹੁੰਦੇ ਸੀਗੇ, ਹੌਲੀ ਹੌਲੀ ਕੇਂਦਰ ਨੇ ਸੰਵਿਧਾਨਕ ਸੋਧਾਂ ਕਰਕੇ ਸਭ ਕੁਝ ਸਾਡੇ ਕੋਲ ਖੋਹ ਲਿਆ ਹੈਗਾ। ਅੱਜ ਪੰਜਾਬ ਕੋਲ ਟੈਕਸ ਲਾਉਣ ਨੂੰ ਕੋਈ ਪ੍ਰਣਾਲੀ ਨਹੀਂ, ਸਿਵਾਏ ਡੀਜ਼ਲ 'ਤੇ ਸਿਵਾਏ ਸ਼ਰਾਬ ਤੋਂ ਪੰਜਾਬ ਟੈਕਸ, ਸਾਰੇ ਟੈਕਸ ਸੈਂਟਰ ਵਸੂਲ ਕਰ ਰਿਹਾ, ਸੈਂਟਰ ਸਾਡੇ ਕੋਲ 100 ਪੈਸਾ ਲੈ ਕੇ ਜਾਂਦਾ ਅਤੇ ਸਾਨੂੰ 42 ਪੈਸੇ ਮੋੜਦਾ ਹੈਗਾ। ਇੱਦਾਂ ਦੇ ਹਾਲ 'ਚ ਪੰਜਾਬ ਦੀ ਆਰਥਿਕਤਾ ਜਿਹੜੀ ਹੈਗੀ ਹੈ ਉਹ 3.25 ਲੱਖ ਕਰੋੜ ਦੀ ਕਰਜ਼ਾਈ ਪੰਜਾਬ ਹੈ, 28,000 ਕਰੋੜ ਸਾਲਾਨਾ ਆਪਾਂ ਮੂਲ ਅਤੇ ਸੂਦ ਦੋਨੋਂ ਵਿਆਜ ਸੂਦ ਮੂਲ ਅਤੇ ਵਿਆਜ ਦੋਨੋਂ ਮੋੜਦੇ ਹੈਗੇ ਹੈ, ਉਹ ਇੰਨੀ ਪੰਜਾਬ ਦੀ ਜਿਹੜੀ ਆਰਥਿਕ ਸਰੋਤ ਜਿਹੜੇ ਲੁੱਟੇ ਜਾ ਰਹੇ ਹੈਗੇ ਹੈ, ਜਦ ਤੱਕ ਉਹ ਪੰਜਾਬ ਨੂੰ ਵਾਪਸ ਨਹੀਂ ਮਿਲਦੇ, ਟੈਕਸ ਪ੍ਰਣਾਲੀ ਪੰਜਾਬ ਦੇ ਹੱਕ 'ਚ ਨਹੀਂ ਹੁੰਦੀ ਔਰ ਬਾਕੀ ਜਿਹੜੇ ਪਾਣੀ ਦਾ ਮਾਮਲਾ ਪੰਜਾਬ ਦੇ ਹੱਕ 'ਚ ਨਹੀਂ ਹੁੰਦਾ ਔਰ ਪੰਜਾਬ ਨੂੰ ਆਪਣੇ ਦਿੱਤੇ ਹੋਏ ਪਾਣੀ ਮੁਫ਼ਤ ਦਿੱਤੇ ਪਾਣੀ ਦਾ ਮੁਆਵਜ਼ਾ ਨਹੀਂ ਮਿਲਦਾ ਰਾਜਸਥਾਨ, ਦਿੱਲੀ ਜਾਂ ਹਰਿਆਣਾ ਜਾਂ ਕੇਂਦਰ ਸਰਕਾਰ ਵੱਲੋਂ, ਉਹ ਤੱਕ ਪੰਜਾਬ ਦੀ ਸਿਆਸਤ ਦਾ ਵੀ ਔਰ ਪੰਜਾਬ ਦੀ ਆਰਥਿਕ ਦਾ ਲੀਹ 'ਤੇ ਆਉਣਾ ਬਹੁਤ ਮੁਸ਼ਕਲ ਹੈਗਾ। ਇਸ ਕਰਕੇ ਇਹ ਜਿਹੜੀ ਪੰਜਾਬ ਪੱਖੀ ਸਿਆਸਤ ਦਾ ਝੰਡਾ ਬੁਲੰਦ ਕਰਨਾ ਔਰ ਕੇਂਦਰ ਦੀ ਸਿਆਸਤ ਔਰ ਉਹਨਾਂ ਦੇ ਪੰਜਾਬ 'ਚ ਚਮਚਿਆਂ ਦੀ ਸਿਆਸਤ ਨੂੰ ਭਾਂਜ ਦੇਣਾ, ਇਹ ਪੰਜਾਬੀ ਸਾਡੇ ਤਿੰਨਾਂ ਧਿਰਾਂ ਦਾ ਇੱਕ ਅਹਿਦ ਹੈਗਾ ਆ। ਇਸ 'ਤੇ ਜਿਹੜੀ ਇੱਕ ਸਿਆਸੀ ਪਰਿਪੱਕਤਾ ਹੈਗੀ ਹੈ ਜਾਂ ਸਿਆਸੀ ਸਮਝ ਹੈਗੀ ਹੈ ਇੱਕ ਸਾਂਝੇ ਟੀਚੇ ਵਾਸਤੇ, ਉਹਦੇ ਬਾਰੇ ਸਾਡੀ ਬੜੀ ਸੰਜੀਦਾ ਗੱਲਬਾਤ ਚੱਲ ਰਹੀ ਹੈ ਔਰ ਸਾਰੀਆਂ ਧਿਰਾਂ ਇਸ ਬਾਰੇ ਸੰਜੀਦਾ ਨੇ ਕਿ ਕਿਵੇਂ ਪੰਜਾਬ ਨੂੰ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਤੋਂ ਮੁਕਤੀ ਦਿਵਾਉਣ ਵਾਸਤੇ ਪੰਜਾਬ ਨੂੰ ਇੱਕ ਸਾਂਝੇ ਪ੍ਰੋਗਰਾਮ ਦੀ ਲੋੜ ਹੈਗੀ ਹੈ, ਸਾਂਝੇ ਟੀਚੇ ਦੀ ਲੋੜ ਹੈਗੀ ਹੈ, ਜਿਹ 'ਚ ਅਸੀਂ ਆਪਣੇ ਵੱਲੋਂ ਟੀਚਾ ਰੱਖਿਆ ਪੰਜਾਬ ਮੰਚ ਵੱਲੋਂ ਕਿ ਫੈਡਰਲ ਇੰਡੀਆ, ਡੈਮੋਕਰੈਟਿਕ ਪੰਜਾਬ ਅਤੇ ਪੰਜਾਬ ਸਮੇਤ ਸਾਰੇ ਰਾਜਾਂ ਨੂੰ ਭਾਰਤੀ ਸੰਘ ਅੰਦਰ ਖੁਦ ਮੁਖਤਿਆਰੀ, ਅਤੇ
ਉਹਤੇ ਉਹਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਜੀ ਔਰ ਅਸੀਂ ਇਸ ਮਾਰਚ ਨੂੰ ਇਹਦੇ ਜਿਹੜਾ ਕੰਕਲੂਡਿੰਗ ਡੇ ਹੈ ਉਹਨੂੰ ਜ਼ੋਰ ਸ਼ੋਰ ਨਾਲ ਕਾਮਯਾਬ ਕਰਨ ਵਾਸਤੇ ਆਪਣੀ ਕੋਸ਼ਿਸ਼ਾਂ ਕਰ ਰਹੇ ਤੁਹਾਡੇ ਰਾਹੀਂ ਸਾਰੇ ਪੰਜਾਬ ਪਟਿਆਲਾ ਹਲਕੇ ਦੇ ਸਾਰੇ ਵੋਟਰਾਂ ਨੂੰ ਵੀ ਲੋਕਾਂ ਨੂੰ ਵੀ ਔਰ ਪੰਜਾਬ ਹਿਤੈਸ਼ੀਆਂ ਨੂੰ ਸੱਦਾ ਦਿੰਦੇ ਹਾਂ ਕਿ ਸੋਲ੍ਹਾਂ ਤਰੀਕ ਨੂੰ 10 ਵਜੇ ਮੰਡੀ ਮਹਿਮ ਪਰ ਪਹੁੰਚ ਕੇ ਉਸ ਸਾਡੀ ਜਿਹੜੀ ਕੰਕਲੂਡਿੰਗ ਰੈਲੀ ਹੈ ਜਿਹੜੀ ਸਾਡੀ ਮਤਲਬ ਜਿੱਥੇ ਅਸੀਂ ਆਪਣਾ ਮਾਰਚ ਖਤਮ ਕਰਨਾ ਉਹਨੂੰ ਕਾਮਯਾਬ ਕਰਨ ਤਾਂ ਕਿ ਪੰਜਾਬ 'ਚ ਇੱਕ ਸਟਰੋਂਗ ਇੱਕ ਤਗੜਾ ਸੁਨੇਹਾ ਜਾ ਸਕੇ ਕਿ ਪੰਜਾਬ ਆਪਣੇ ਹੱਕਾਂ ਵਾਸਤੇ ਉੱਠਿਆ ਹੈਗਾ ਔਰ ਪੰਜਾਬ ਰਵਾਇਤੀ ਸਿਆਸਤ ਨੂੰ ਰੱਦ ਕਰਦਾ ਹੋਇਆ ਪੰਜਾਬ ਪੱਕੀ ਸਿਆਸਤ ਦਾ ਝੰਡਾ ਬੁਲੰਦ ਕਰਨ ਲਈ ਤਿਆਰ ਹੈ। ਕਿੰਨਾ ਕੁ ਰਿਸਪੋਂਸ ਤੁਹਾਨੂੰ ਲੱਗ ਰਿਹਾ ਕਿਉਂਕਿ 8 ਤਰੀਕ ਦੀ ਗੱਲ ਕਰੀਏ ਤਾਂ ਜੋਸ਼ ਜਿਹੜਾ ਉਹ ਘੱਟ ਦੇਖਣ ਨੂੰ ਮਿਲਿਆ ਸੀ 16 ਤਰੀਕ ਨੂੰ ਜੋਸ਼ ਕਿੰਨਾ ਕੁ ਦੇਖੋ ਅਸੀਂ ਸਾਡੇ ਨੌ ਬੱਸ ਅਸੀਂ ਪੰਜਾਬ ਮੰਚ ਨੇ ਕੀਤੀਆਂ ਹੈਗੀਆਂ ਜੀ ਅਤੇ ਦਰਜਨਾਂ ਕਾਰਾਂ ਹੋਣਗੀਆਂ ਜੀ ਬਾਕੀ ਲੋਕ ਆਪਣੇ ਆਪਣੇ ਹੋਰ ਤਰੀਕਿਆਂ ਜਾਣਗੇ ਸਾਨੂੰ ਉਮੀਦ ਹੈ ਕਿ ਸਾਨੂੰ ਕਾਫੀ ਹੰਗਾਰਾ ਮਿਲ ਰਿਹਾ ਜੀ ਔਰ ਲੋਕਾਂ ਨੂੰ ਮਤਲਬ ਲੋਕ ਸਾਡੀ ਸਿਆਸਤ ਨੂੰ ਪੰਜਾਬ ਪੱਕੀ ਸਿਆਸਤ ਨੂੰ ਗਾਰਾ ਦੇ ਰਹੇ ਨੇ ਕਿਉਂਕਿ ਲੋਕ ਰਵਾਇਤੀ ਸਿਆਸਤ ਤੋਂ ਅੱਕ ਚੁੱਕੇ ਨੇ ਔਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈਗਾ ਕਿ ਲੋਕ 10 ਸਾਲ ਤੋਂ ਔਲਦੇ ਪਏ ਨੇ ਬੜੀ ਤੀਬਰ ਇੱਛਾ ਬੜੀ ਬੜੀ ਪ੍ਰਬਲ ਤਾਂਘ ਹੈ ਲੋਕਾਂ 'ਚ ਕਿ ਪੰਜਾਬ ਨੂੰ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਜਿਨ੍ਹਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਪੰਜਾਬੀ ਸਰੋਤਾਂ ਨੂੰ ਖਾ ਗਏ ਨੇ ਪੰਜਾਬ ਨੂੰ ਕੰਗਲਾ ਬਣਾ ਗਏ ਨੇ ਉਹਨਾਂ ਦੇ ਖਿਲਾਫ ਕੋਈ ਮਤਲਬ ਅਜਿਹੀ ਧਿਰ ਕਦੀ ਤਾਂ ਉਹਨਾਂ ਨੇ ਲੋਕ ਭਲਾਈ ਪਾਰਟੀ ਮਗਰ ਲੱਗ ਕੇ ਕਦੀ ਉਹਨਾਂ ਨੇ ਮਨਪ੍ਰੀਤ ਬਾਦਲ ਹੋਣ ਦੀ PPP ਮਗਰ ਲੱਗ ਕੇ ਕਦੀ ਉਹਨਾਂ ਨੇ ਆਮ ਆਦਮੀ ਪਾਰਟੀ ਮਗਰ ਲੱਗ ਕੇ ਇੱਕ ਲਗਾਤਾਰ ਆਪਣੀ ਇੱਛਾ ਦਾ ਇਜ਼ਹਾਰ ਕੀਤਾ ਇੱਕ ਤੁਰਲੀਆਂ ਮਾਰੀਆਂ ਨੇ ਪਰ ਬਦਕਿਸਮਤੀ ਨੂੰ ਅਜੇ ਤੱਕ ਉਸ ਜਿਹੜਾ ਲੋਕਾਂ ਦੀ ਇੱਛਾ ਹੈਗੀ ਆ ਉਹਨੂੰ ਉਹਨਾਂ ਦੇ ਪੱਲੇ ਨਿਰਾਸ਼ਾ ਪਈ ਹੈ ਉਹਨੂੰ ਫੜ ਨਹੀਂ ਲੱਗਿਆ ਪਰ ਇਸਦਾ ਮਤਲਬ ਇਹ ਨਹੀਂ ਹੈਗਾ ਕਿ ਪੰਜਾਬ ਪੱਕੀ ਤੇਰਾ ਆਪਣੀ ਲੜਾਈ ਛੱਡ ਦੇਣ ਜਾਂ ਲੋਕਾਂ ਦੀ ਇਸ ਪ੍ਰਬਲ ਤਾਂਘ ਇਹ ਮਰ ਜਾਊਗੀ। ਮੀਡੀਆ 'ਚ ਕਾਫੀ ਚਰਚਾ ਕਿ ਕੁਛ ਸਮਾਂ ਪਹਿਲਾਂ ਭਗਵੰਤ ਮਾਨ ਅਤੇ ਸੁੱਚਾ ਸਿੰਘ ਦੀ ਇੱਕ ਮੀਟਿੰਗ ਹੋਈ ਗੁਪਤ ਮੀਟਿੰਗ ਹੋਈ ਹੈ ਜਿਸਦੇ ਵਿੱਚ ਸੁੱਚਾ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਤੁਸੀਂ ਕੀ ਸਮਝਦੇ ਹੋ ਕਿ ਸੁੱਚਾ ਸਿੰਘ ਜਿਹੜੇ ਹੈਗੇ ਉਹ ਜਾਣਗੇ ਉਹ ਸਾਡੇ ਵੀ ਸੰਪਰਕ 'ਚ ਨੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪੰਜਾਬ ਪੱਖੀ ਧਿਰਾਂ ਨਾਲ ਉਹ ਆਉਣ ਉਹ ਔਰ ਉਹ ਪੰਜਾਬ ਪੱਖੀ ਨੇ ਉਹ ਬੇਸਿਕਲੀ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਹਿੱਤਾਂ ਦੀ ਗੱਲ ਕਰਦੇ ਨੇ ਔਰ ਉਮੀਦ ਹੈ ਕਿ ਅਸੀਂ ਉਹ ਸਾਡੇ ਨਾਲ ਜ਼ਰੂਰ ਆਉਣਗੇ ਉਹਨਾਂ ਨੂੰ ਸਾਡੇ ਸਤਿਕਾਰ ਅਤੇ ਲੀਡਰ ਨੇ ਉਹ ਉਹਨਾਂ ਨਾਲ ਜੋ ਜਿਸ ਤਰ੍ਹਾਂ ਆਮ ਆਦਮੀ ਕਾਫੀ ਸਪੋਰਟ ਵੀ ਕੀਤੀ ਹੈ ਪਰ ਸਮੇਂ ਬਿਲਕੁਲ ਅਸੀਂ ਮੈਂ ਸਾਡੀ ਇੱਕ ਮੁਲਾਕਾਤ ਵੀ ਸਾਡੀ ਪਹਿਲੀ ਮੁਲਾਕਾਤ ਸਾਡੀ ਹੋ ਚੁੱਕੀ ਛੋਟੇ ਪ੍ਰਸਾਦ ਨਾਲ ਜੀ ਹਾਂਜੀ।